ਸਾਨੂੰ ਤਲਾਹ ਮਿਲੀ ਜੀ ਸਵੇਰੇ ਪੀਸੀਆਰ ਤੋਂ ਵੀ ਹਰੀਸ਼ ਕੁਮਾਰ ਸ਼ਾਨਾ ਫਰਾਜ ਕੁਮਾਰ ਪਟੇਲ ਨਗਰ 'ਚ ਰਹਿੰਦਾ ਹਾਊਸ ਨੰਬਰ 80 'ਚ ਵੀ ਉਹਨੇ ਫਾਹਾ ਲੈ ਕੇ ਸੁਸਾਈਡ ਫਾਹਾ ਲੈ ਲਿਆ ਸੁਸਾਈਡ ਕਰ ਲਿਆ ਡੈੱਡ ਬੋਡੀ ਜਿਹੜੀ ਸੀ ਇਹ 'ਚ ਬਠਿੰਡਾ ਦਾ ਕਾਰ ਵੀ ਕੀਤੀ ਅਸੀਂ ਉਹਦੇ ਘਰ ਵਾਲੀ ਦੇ ਬਿਆਨ 'ਤੇ ਕਾਰ ਵੀ ਕੀਤੀ 174 CRPC ਦੀ ਜਿਸ ਨੇ ਆਪਣੇ ਬਿਆਨ 'ਚ ਰਖਾਇਆ ਵੀ ਰਾਤ ਕਰਵਾ ਚੌਥ ਦੇ ਵਰਤੋਂ ਤੋਂ ਬਾਅਦ 'ਚ ਖਾਣਾ ਖਾ ਕੇ ਉਹਨੂੰ ਜਿਹੜਾ ਹਰੀਸ਼ ਕੁਮਾਰ ਸੀ ਵਾਰ ਵਾਰ ਸ਼ਰਾਬ ਪੀ ਰਿਹਾ ਸੀ ਉਹ ਰੋਕ ਰਹੀ ਸੀ ਉਹਨੂੰ ਨਹੀਂ ਰੋਕਦਾ ਸੀ ਸ਼ਰਾਬ ਦੇ ਨਸ਼ੇ 'ਚ ਉਹਨੇ ਰਾਤ ਨੂੰ ਕਿਤੇ ਗਰਿੱਲਾਂ ਨਾਲ ਰੱਸੀ ਪਾ ਕੇ ਚੁੰਨੀ ਪਾ ਕੇ ਫਾਹਾ ਲੈ ਲਿਆ ਜਦੋਂ ਉਹਨੂੰ ਜਾ ਕੇ 1 ਵਜੇ ਉੱਠ ਕੇ ਦੇਖਿਆ ਉਹਨੇ ਉਹ ਬੈੱਡ 'ਤੇ ਨਹੀਂ ਸੀ ਲੋਬੀ 'ਚ ਆਈ ਲੋਬੀ 'ਚ ਉਹਨੇ ਦੇਖਿਆ ਕਿ ਵੀ ਗਰਿੱਲ ਨਾਲ ਲਟਕ ਰਿਹਾ ਹਰੀਸ਼ ਕੁਮਾਰ ਉਹਨਾਂ ਨੇ ਸ਼ਹੀਦ ਨੇ ਚੁੰਨੀ ਕੱਟੀ ਕੱਟ ਕੇ ਥੱਲੇ ਉਤਾਰਿਆ ਮਾੜਾ ਮੋਟਾ ਉਦੋਂ ਦੱਸਦੇ ਵੀ ਪੇਟ ਉਹਦਾ ਹਿੱਲ ਰਿਹਾ ਸੀ ਉਸ ਤੋਂ ਬਾਅਦ ਹਸਪਤਾਲ 'ਚ ਲਏ ਇੱਥੇ ਇੱਥੇ ਉਹਦੇ ਡਾਕਟਰ ਨੇ ਮ੍ਰਿਤਕ ਕਰਾਰ ਦੇ ਦਿੱਤਾ ਸੀ ਉਹਦੇ ਬਿਆਨ 'ਤੇ ਕਾਰਵਾਈ ਕੀਤੀ ਗਈ ਲਾਸ਼ ਦਾ ਪੋਸਟਮਾਰਟਮ ਕਰਾ ਰਹੇ ਹਾਂ ਉਸ ਤੋਂ ਬਾਅਦ 'ਚ ਨਤੀਜੇ ਦਾ ਪਤਾ ਲੱਗੂ ਮੌਤ ਦਾ ਕਾਰਨ ਕੀ ਸੀ ਮਾਰੀ ਹਰੀਸ਼ ਕੁਮਾਰ ਇਹ ਤਾਂ ਪਤਾ ਨਹੀਂ ਕੀ ਕਾਰਨ ਆਪਸ 'ਚ ਦੋਵੇਂ ਲੜਦੇ ਰਹਿੰਦੇ ਸੀਗੇ ਝਗੜਦੇ ਰਹਿੰਦੇ ਸੀਗੇ ਆਪਸ 'ਚ ਮੀਆਂ ਬੀਬੀ ਲੜਦੇ ਸੀਗੇ ਭਾਰਤ ਨਗਰ ਠੀਕ ਸਾਲਾਂ ਜੀ ਵਿਆਹ ਨੂੰ ਹੋ ਗਏ 5-6 ਸਾਲ ਹੋ ਗਏ ਜੀ ਪਹਿਲਾਂ ਮੈਰਿਜ ਕਰਾਈ ਸੀ ਇਹ ਰਾਤ ਨੂੰ ਮੈਨੂੰ 12:40 'ਤੇ ਫੋਨ ਆਇਆ ਸੀਗਾ ਜੀ ਅਤੇ ਉਦੋਂ ਪਹਿਲਾਂ ਹੀ ਹੋਇਆ ਹੋਊਗਾ ਭਾਬੀ ਨੇ ਕੀਤਾ ਸੀਗਾ ਜੀ